खेतों में आग लग जाने से पीड़ित किसानों ने बताया है, ईंटों के भट्ठे के तहत आग के लपटें निकलती हैं दिखाई दे रही हैं। हवा तेज होने के कारण एकदम फैल गई है। उन्होंने बताया है कि जैसे ही आग लगे उन्होंने पता लगाया है कि तुरंत गाँव वासी की सहायक आग को बुझाना शुरू कर दिया है, लेकिन कंट्रोल के बाहर होते हुए सब असफल हो गए हैं। उन्होंने दोष लगाते हुए कहा है कि फायर ब्रिगेड पुलिस हेल्पलाइन 100 नंबर और 101 के बार बार फोन करते हैं, लेकिन दूसरे जिला गलत जा रहा है, जिसके कारण ना ही फायर ब्रिगेड की गाड़ियां मौके पर पहुंची हैं और ना ही कोई पुलिस मुलजिम वहां पर आग बुझाने का काम में आए हैं। आप देख सकते हैं, लेकिन इसके बावजूद भी कोई सहायक नहीं मिला है। आप देख सकते हैं प्राइम ब्रेकिंग न्यूज चैनल के लिए पंकज कुमार की रिपोर्ट, फिरोजपुर। तो आग लगी पट्टे तो लेबर किसी ने सीट से उठ की उन्हें करके आग लगी। किन्ना नाड़ सड़ गया, कितों कितों तक? 40 किले नाड़ था। ਕਿ ਮੈਂ ਕੀ ਕਹਾਣੀ ਕੀ ਇਹ ਜੀ ਬਈਆਂ ਨੇ ਸਿਗਰਟ ਪੀਤੀ ਉੱਥੋਂ ਸੜਿਆ, ਬਸ ਉੱਥੋਂ ਅੱਗ ਚੱਲੀ ਇੱਧਰ ਨੂੰ। ਭਰੀਮੇ ਕਹਿੰਦਾ ਕੁਛ ਏਰੀਆ ਸੀ, ਕੁਛ ਤਰ੍ਹਾਂ ਵਾਲੀ ਦਾ ਸੜ ਗਿਆ, ਕੁਛ ਲਖਮੀਰ ਕਹਿੰਦਾ ਏਰੀਆ ਸੜ ਗਿਆ, ਤਕਰੀਬਨ 40 ਕਿੱਲੇ ਨਾਲ ਸੜ ਗਿਆ। ਕੋਈ ਫਾਇਰ ਬ੍ਰਿਗੇਡ ਵਾਲੇ ਨਹੀਂ ਆਏਗੇ, ਕੋਈ ਬੰਦਾ ਨਹੀਂ ਆਏਗਾ। ਪਿੰਡਾਂ 'ਚੋਂ ਲੋਕ ਆਏ ਨੇ ਸਾਰੇ, ਦੋ ਤਿੰਨਾਂ ਪਿੰਡਾਂ ਦੇ ਰੀਮੇਕਿਆਂ ਤੋਂ ਆਏ ਨੇ, ਭੱਟੀਆਂ ਤੋਂ ਆਏ ਨੇ। ਕਿ ਦਾਤੀ ਨਾਲ ਕਣਕ ਜਿਹੜੀ ਵੱਡੀ ਸੀ ਉਹ ਸੜੀਆਂ ਨੇ, ਪਿੰਡਾਂ 100-150 ਪੰਡ ਸੜ ਗਏ। ਹਾਂਜੀ, ਬਸ ਪੰਡਾਂ ਸੜ ਗਈਆਂ ਨੇ ਜੀ। ਉੱਧਰ ਕਣਕ ਦੀਆਂ ਸੀਗੀਆਂ ਗਰੀਬਾਂ ਦੀਆਂ, ਸਾਡੇ ਨਾਲ ਸੀ। ਹਵਾ ਕਿੰਨੀ ਸੀ? ਹਵਾ ਬਹੁਤ ਤੇਜ਼ ਸੀਗੀ, ਹਵਾ ਦਾ ਰੁਖ ਚੇਂਜ ਹੋਇਆ ਤਾਂ ਥੋੜੀ ਜਿਹੀ ਰੋਕਣ 'ਚ ਮਦਦ ਮਿਲੀ, ਨਹੀਂ ਤਾਂ ਹਵਾ ਅੱਗ ਨੂੰ ਰੋਕ ਹੀ ਨਹੀਂ ਕੁਛ ਸਕਦਾ ਸੀਗਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਨੇ ਕਿ ਸਾਨੂੰ ਤੂੜੀ ਜੋਗਾ ਨਾੜ ਹੀ ਲੱਭ ਜਾਏ। ਕਿਵੇਂ ਲੱਗੀ ਹੈ ਜੀ? ਇਹ ਲੱਗੀ ਤਾਂ ਨਹੀਂ, ਕਾਰਨ ਸਾਨੂੰ ਪਤਾ ਵੀ ਪੱਠੇ ਦੇ ਕੋਲੋਂ ਲੱਗੀ ਹੈ, ਇਹ ਨਹੀਂ ਪਤਾ ਕਿਵੇਂ ਲੱਗੀ ਹੈ। ਤੇ ਕਿੱਧਰ ਕਿੱਧਰ ਚਲੀ ਗਈ? ਇੱਧਰੋਂ ਹਵਾ ਨਾਲ ਇੱਧਰ ਲੱਗੀ ਆਈ ਹੈ, ਕੋਈ ਐਂ ਉਤਾਂ ਚੜ ਗਈ, ਕੋਈ ਐਂ ਥੱਲੇ ਨੂੰ ਆ ਗਈ। ਤੇ ਸਾਡਾ ਇੱਥੇ ਗਾਹ ਜਿਹੜਾ ਥਾਂ ਹੈ, ਕਿੱਲਾ ਡੇਢ ਕਿੱਲਾ ਮੇਰਾ ਕਣਕ ਸੀ, ਤੇ ਕੋਈ ਉਹ ਸੜ ਗਈ, ਤੇ ਕੋਈ ਆ ਲੋਕਾਂ ਦੀ ਭਰੀਆਂ ਸਾਡੀਆਂ ਪਈਆਂ ਨੇ, ਕੋਈ ਨਾੜ ਨੂੜ ਲੋਕਾਂ ਦਾ ਹੈਗਾ ਸੀ। ਇਸ ਤਰ੍ਹਾਂ ਸਾਰੀ ਇਸ ਤਰ੍ਹਾਂ ਵਾਹਵਾ। ਕਿੰਨਾ ਕੁ ਪਿੰਡਾਂ ਦਾ ਨੁਕਸਾਨ ਹੋਇਆ? ਇਹ ਤਿੰਨਾਂ ਪਿੰਡਾਂ ਦਾ ਹੈਗਾ ਨੁਕਸਾਨ ਤਾਂ। ਕਿੰਨੇ ਕੁ ਏਕੜ? ਇਹਨੇ 30-40 ਕਿੱਲੇ ਹੋਵੇਗਾ ਥਾਂ, ਇਹਨਾਂ ਦਾ ਬਣ ਜਾਏਗਾ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਤੋਂ ਵੀ ਗਰੀਬ ਬੰਦੇ ਆ ਸਾਡੇ, ਥੋੜੀ ਥੋੜੀ ਜਿਵੇਂ ਹੈਗਾ ਸਾਡਾ, ਕੋਈ ਸਾਨੂੰ ਆਪਦਾ ਮੁਆਵਜ਼ਾ ਦੇ ਦੇਣ। ਨੁਕਸਾਨ ਪਿੰਡ ਦੀ ਮੇਗਾ ਤੇ ਚੱਕ 22 ਤਰ੍ਹਾਂ ਵਾਲੇ ਦਾ ਹੋਇਆ ਜੀ, ਨਾਲ ਲਖਮੀਰ ਕਤਾੜ ਦਾ। ਤਿੰਨਾਂ ਪਿੰਡਾਂ ਨੁਕਸਾਨ ਹੋਇਆ, ਜਿਹਦੇ 'ਚ 25-30 ਕਿੱਲੇ ਨਾੜ ਸੜ ਗਿਆ ਤੇ 1-1.5 ਕਿੱਲਾ ਕਣਕ ਸੜ ਗਈ ਪੰਡਾਂ ਵਾਲੀ, ਜਿਹੜੀ ਦਾਤੀ ਨੇ ਵੱਡੀ ਸੂੜੀ ਕੱਢਣ ਵਾਲੀ। ਅੱਗ ਕਾਬੂ ਨਹੀਂ ਆ ਰਹੀ? ਅੱਗ ਕਾਬੂ ਨਹੀਂ, ਹਵਾ ਬਹੁਤ ਤੇਜ਼ ਟਰੈਕਟਰਾਂ ਨਾਲ ਬੰਦਿਆਂ ਨੇ ਬਹੁਤ ਹਿੰਮਤ ਮਾਰੀ ਹੈ ਅੱਗ ਬੁਝਾਈ ਹੈ।